ਅਸਲਾਮੁਅਲੈਕੁਮ ਐਵਰੀਵਨ, ਤੇ ਕਿੱਦਾਂ ਹੋ ਤੁਸੀਂ? ਉਮੀਦ ਕਰਦਾ ਵਧੀਆ ਹੋਵੋਗੇ ਕਿ ਤੁਸੀਂ ਵੀ ਇਹ ਕਹਿੰਦੇ ਹੋਵੋਗੇ ਕਿ ਇੰਨੇ ਚਿਰ ਬਾਅਦ ਆ ਗਏ, ਕਿਉਂਕਿ ਬੇਬੇ ਮੇਰੀ ਕਹਿੰਦੀ ਹੈ ਕਿਧਰੇ ਰੋਜ਼ ਰੋਜ਼ ਜਾਈਏ ਨਾ ਤੇ ਇੱਜ਼ਤ ਘੱਟਦੀ ਪੁੱਤ, ਤੇ ਤਾਂ ਮੈਂ ਕਿਹਾ ਕਿ ਐਂਡ ਵਾਲੇ ਰੋਜ਼ਿਆਂ 'ਚ ਆਪਾਂ ਆਵਾਂਗੇ। ਜਿੱਦਾਂ ਆਪਾਂ ਅਫਤਾਰੀ ਕਰਨ ਚੱਲੇ ਹਾਂ ਹੁਣ ਸਲਮਾਨ ਦੀ ਤਰਫ, ਅਤੇ ਸਲਮਾਨ ਨਾਲ ਅਫਤਾਰੀ ਕਰਨ ਚੱਲੇ ਹਾਂ, ਅੰਦਰ ਚੱਲਦੇ ਹਾਂ, ਤੁਹਾਨੂੰ ਮਾਨਦੇ ਹਾਂ ਕਿ ਕਿਹੜੇ ਕਿਹੜੇ ਪਸ਼ੂ ਪਕਸ਼ੀ ਤੁਹਾਡੇ ਕੋਲ ਆਏ ਨੇ। ਮੈਂ ਆ ਗਏ ਹੋ ਗਿਆ ਰੈਡੀ, ਜ਼ਰਾ ਵੇਖ ਰਹੇ ਹੋ, ਜ਼ਰਾ ਤੁਹਾਡਾ ਵੀ ਜ਼ਰਾ ਚੈਂਗੋ ਜਿਹਾ ਬਣਿਆ, ਅਤੇ ਇਹ ਦੋ ਮਕੌੜੇ ਆਏ ਨੇ। लो जी, बाकी गल्लां दी गल्लां ते हुण एंड हो गया, समझ लो जरा बस चलिए। रोदा सवेर का बहुत लग रहा है, आधी हो गई अज ते अंधी हो गई जी, गेम तो इंतहा हो गई, इंतजार की आई ना कुछ खबर, इंतहा हो गई तेरी याद की आई ना कुछ खबर, सलमान तेरी अफतारी की। सलमान कितने रह गया भाई बुला रहा है, अभी तो रोदे ने अंधी कर दी यार, इतने बैठा मैं खैर, सलमान भी ऑफिस से, अभी भी ऑफिस से, ਮੈਂ ਕਿਹਾ ਮੈਂ ਘਰ ਦੇ ਬਾਟਰ ਜੀ ਜੇ ਆ ਕੇ ਭਾਈ ਅਜੇ ਮੈਂ ਪਹੁੰਚਿਆ ਨਹੀਂ, ਤੇ ਤੂੰ ਪਹਿਲੇ ਆ ਕੇ ਮੁੱਕਿਆ। ਇਸ ਕਰਕੇ ਜ਼ਰਾ ਮੈਨਟਸ ਹੁੰਦੇ ਨੇ ਤੁਹਾਡੇ ਵੀ, ਤੇ ਮੇਰੀ ਬਹੁਤ ਮਿਹਨਤ, ਮੇਰੀ ਆਵਾਜ਼ ਤੋਂ ਤੁਹਾਨੂੰ ਅੰਦਾਜ਼ਾ ਲੱਗਦਾ ਹੋਣਾ ਕਿ ਇਸ ਟਾਈਮ ਤੁਹਾਡਾ ਵੀ ਫੁੱਲ ਡਾਊਨ ਜਾ ਰਿਹਾ, ਫੁੱਲ ਡਾਊਨ ਟੂ ਅਰਥ ਹੋ ਗਿਆ ਮੈਂ ਇਸ ਟਾਈਮ, ਕਿਉਂਕਿ ਬਹੁਤ ਜ਼ਿਆਦਾ ਰੋਕਾ ਲੱਗ ਗਿਆ ਯਾਰ, ਕਿਆ ਕਰੇ। ਲਓ ਖੈਰ, ਅੱਜ ਸਲਮਾਨਾ ਪੂਰਾ ਕੁੱਕ ਬਣਿਆ, ਇਹ ਕਹਿੰਦਾ ਮੈਂ ਪੂਰਾ ਐਂਡ ਸੋਲਡ ਪੇ ਬਣ ਗਿਆ, ਨਮਕ ਵੀ ਸਟਿਆ ਇਹ ਕਰਕੇ, ਜੇ ਆਪਾਂ ਨੇ ਇਮੈਜਿਨ ਨਹੀਂ ਕਰ ਸਕਦੇ ਸਲਮਾਨੇ ਨੇ ਕੀ ਕੀ ਬਣਾਇਆ ਹੋਣਾ, ਅਤੇ ਘਰ ਜਾ ਕੇ ਪਤਾ ਲੱਗਣਾ ਤੋਹਫਾ ਬੋਲ। ਚਲੋ ਹੁਣ ਆਪਾਂ ਚੱਲਦੇ ਹਾਂ। ਲੋ ਜੀ, ਇੰਨੀ ਬੇਸਬਰੀ ਨਾਲ ਸਾਨੂੰ ਇੰਤਜ਼ਾਰ ਸੀ ਕਿ ਸਲਮਾਨੇ ਦੀ ਕਾਲ ਆਵੇ ਅਤੇ ਆਖੇ ਆ ਰਿਹੋ, ਇੰਨੀ ਬੇਸਬਰੀ ਸੀ ਜਿੰਨੀ ਬੇਸਬਰੀ ਮਾਂ ਨੂੰ ਹੁੰਦੀ ਹੈ ਕਿ ਮੇਰਾ ਮੁੰਡਾ ਪਹਿਲੀ ਵਾਰੀ ਆਖੇ ਮਾਂ, ਅਤੇ ਸਾਨੂੰ ਇੰਨੀ ਬੇਸਬਰੀ ਸੀ, ਕਿਉਂ ਜੀ ਕੀ ਗੱਲ ਹੈ? ਅਤੇ ਚੱਲੇ ਹਾਂ, ਅੱਗੇ ਡਰਾਈਵਰ ਬੈਠੇ ਆ, ਅੱਗੇ ਬਾਡੀ ਗਾਰਡ ਬੈਠੇ ਆ, ਡਰਾਈਵਰ ਦਾ ਕੌਣ ਬੈਠੇ ਆ? ਅੱਧਾ ਘੰਟਾ ਲਾ ਕੇ ਵੀ ਚੋਸੀ ਮਾਰਨੀ ਆ ਯਾਰ, ਅੱਧਾ ਘੰਟਾ ਲਾ ਕੇ ਵੀ ਚੋਸੀ ਮਾਰਨੀ। ਖੈਰ ਚਲੋ, ਬਾਕੀ ਜੋ ਵੀ ਹੈ ਯਾਰ, ਖਜੂਰਾਂ ਲੈ ਲਈਆਂ ਤੁਹਾਡੇ ਵੀ ਨੇ ਕਿ ਐਮਰਜੈਂਸੀ ਰੋਜ਼ਾ ਖੋਲ੍ਹਣਾ ਪਵੇ ਤਾਂ ਰਾਹ 'ਚ ਹੀ ਖੋਲ੍ਹੀ, ਠੀਕ ਹੈ? ਅਤੇ ਆਓ, ਤੁਹਾਨੂੰ ਜਾ ਕੇ ਡਿਸ਼ਾਂ ਮਾਰਦੇ ਹਾਂ ਬਾਈ। ਸੋਰੀ, ਥੋੜ੍ਹਾ ਲੇਟ ਹੋ ਗਏ ਹਮ ਲੋਕ, ਠੀਕ ਹੈ? ਤੈਨੂੰ ਤਾਂ ਬੁਲਾਇਆ ਨਹੀਂ ਸੀ। ਕਿਆ ਬਾਤ ਹੈ, ਸਲਮਾਨ ਨੇ ਪਿਛਲੀ ਵਾਰ ਮੋਮਬੱਤੀਆਂ ਫੇਲ ਆਤੀਆਂ ਸੀ, ਪਿਛਲੀ ਵਾਰ ਵੀ ਮੋਮਬੱਤੀਆਂ ਬਣ ਗਿਆ, ਬਾਈ ਜਾਨ ਕਿਆ ਹੋ ਗਿਆ ਤੇਰਾ ਬਲੌਗਰ ਕਾ ਕੀੜਾ? ਬਸ ਜਦੋਂ ਮੇਰਾ ਦਿਲ ਕਰੇ। ਲਓ ਜੀ, ਇਹ ਕੀ ਮਿੱਠਾ ਮਿੱਠਾ ਗੋਸ਼ਤ, ਪਕੌੜੇ, ਸਲਮਾਨ ਨੇ ਪੂਰਾ ਲਾਦਾ ਜੇਲ ਦਾ ਡਿਨਰ ਸੈੱਟ ਕਰ ਲਿਆ। ਚਲੋ ਖੈਰ, ਹੋਰ ਜੇ ਵੀ ਸਾਹਿਬ, ਆਪ ਬੜੇ ਟਾਈਮ ਕੇ ਬਾਅਦ ਮਿਲੇ, ਕਿਧਰ ਘੁੰਮਦੇ ਆਪ? ਕੌਣ ਸੇ ਕਾਮ ਮੇਂ ਬਿਜ਼ੀ ਥੇ? ਕਿਆ ਕਾਮ ਹੈ? ਹੈਂ? ਹਾਂਜੀ, ਅੱਲਾ ਸ਼ੇਖ ਕੋ ਰੋਜ਼ੇ ਰੱਖਣੇ ਕੀ ਤੋਫੀਕ ਅਤਾ ਕਰੇ, ਆਮੀਨ ਆਮੀਨ। ਅੱਲਾ ਤਾਲਾ ਮੇਰੀ ਸ਼ਾਦੀ ਜਲਦੀ ਕਰੇ, ਆਮੀਨ। ਅੱਲਾ ਸ਼ੇਖ ਦੀ ਸ਼ਾਦੀ ਵੀ ਜਲਦੀ ਕਰੇ, ਆਮੀਨ। ਔਰ ਇਸ ਲੜਕੇ ਕੀ ਆਲੂ ਕੀ ਆਲੂ ਕੀ ਆਲੂ ਕੇ ਲਈ ਅੱਛਾ ਸਾ ਲੜਕੇ ਕਾ ਰਿਸ਼ਤਾ ਹੈ, ਆਲੂ ਕੇ ਲਈ ਕਚਾਲੂ ਹੂੰ। और भाई के लिए भी कोई दुआ करो, भाई के लिए इस दफा इसके शादी कार्ड पे अल्लाह ही आपको मर्द दिखा जाए, अल्लाह माफ करे, आमीन। यार बोझ जो भी मैं खाता है के एस बंदे ने तबाही पाई, ओए ओ खाना बर्बाद करने वाली मशीन है, ए जेड़े बैठे ने ना तीन, ਇਹਨਾਂ ਨੇ ਬਾਬਾ ਚੱਲ ਤੋਂ ਚੱਲ ਬਾਰੇ ਕੰਮ ਜਾਰੀ ਰੱਖੇ, ਦਮੇੜੀ ਜਾ ਰਹੇ ਹਰ ਸ਼ਹਿ, ਰਗੜੇ ਤੇ ਰਗੜਾ ਦੇ, ਰਗੜੇ ਤੇ ਰਗੜਾ ਦੇ, ਤੇ ਸਹੀ ਕੀ ਖਾਧਾ? ਅੱਧੀਆਂ ਬੋਟੀਆਂ ਤੁਹਾਡੀਆਂ ਸਣੇ ਖਾ ਗਈਆਂ ਮਰੇ, ਪਾਕਿਸਤਾਨ ਮੇ ਮੌਜੂਦ ਇੱਕ ਲੋਤਾ ਗੈਂਡਾ ਗਰਮੀ ਦੀ ਵਜ੍ਹਾ ਸੇ ਬਿਮਾਰ ਹੋ ਗਿਆ, ਖਾਣਾ ਪੀਣਾ ਜ਼ਿਆਦਾ ਕਰ ਦਿਆ। ਬਣਾ ਕੇ ਦਿਆਂ ਹਾਈ ਸਾਊਂਡਸ ਨਹੀਂ, ਸਾਊਂਡਸ ਨਹੀਂ।
हेलो जी, हमने सुबह दवाई नहीं खाधी है अभी के कुत्ती ने सांप खा लिया है। वास करते हो लो जी, अफतारी तो हो गई थी, हमने से चले हैं, चले किथे हैं असी ते ए ते नहीं पता आए किथे चले हैं। हम जा रहे हैं चाय पीने, चाय गरम, चाय गरम गरम चाय पीने। लिबर्टी अफतारी के बाद आपको एक थोड़ी सी गनूदगी सी जो है तारी हो जाती है जिस्म पे। और स्पेशली मुझे और इसे एक और मसला है, हमें अफतारी के बाद हम जगह ढूंढते हैं, यू नो व्हाई, आई क्यों, हाँ जेडे है उन्होंने पता लग जाएगा सारी की अफतारी तो बाद उलझन होती है। नहीं अच्छी आपो बात है, अच्छी आपो बात है, सिर्फ आप खुली है वहां में सांस लेने के लिए। तो चलो हम चाह पी चलते हैं बाबा। ये भाईजान आपके टेंशन अटेंशन चाहिए, एक शेर याद आया भाई, तुमने व्लॉग खत्म कर दिया। एक शेर याद आया, अभी आमद हुई है बहुत ज्यादा, बहुत तड़प तड़प। क्या शेर आया? क्या मान लीजिए मेरी राय मोहब्बत से अच्छी है चाय, तो ये बहुत सच है। तो जनाब ये है, मैं आपको बता दूं कि मोहब्बत से बहुत अच्छी है चाय। ये तुमने व्लॉग खत्म कर दिया यार, इतनी कड़ी कसम हो गई है कि मैं खत्म करता मेरा तो एडिट भी हो गया। लो जी, सलमान साहब ने अफतारी करवा दी थी, सलमान साहब चाह पियान आए ने, कहते एक चाह दे एक और चाह। तो सलमान जी असं तुम्हें कहते हैं थैंक यू, शुक्रिया, मेहरबानी, वेलकम एंड सो मच। सलमान कहना मैं शीव मित्रा चला। किधर? शीव मित्रा। सलमान शीव मित्रा चलिया और निकले भाई चूना गांठिया जी, और ये पाकिस्तान का एक लोता गेंडा। खैर उन्होंने आ गए मैच खेडन, कोबरा 11 वर्सेस शेख 11 बीटी है, नहीं ब्लॉग एंड ये कीता ते द ग्रेट बॉलर बैट साहब टेप बैट्समैन के बॉलर नहीं, ये टेप मैन। ओए ओ तू पुलां दा खत्म कराना है। मैं क्या इन्होंने आख्या कि शेख साहब तुसी बहुत हैवी प्लेयर हो, इस करके तुसी खेड नहीं सकते, तुसी अंपायरिंग करनी है। शुरू कर दिए हम दोबारा, ये देखें कांदली कांदली, मैं पहले कहता ते खैर हुण तुहानूं बालां वहांदे आ ते मैच तुहानूं मैं ज्यादा नहीं वहाणा, बोर नहीं करना आपां, थोड़े थोड़े शॉट जिहड़े अच्छे अच्छे ओमेगा शॉट ने वहांदे आ। आपां दी टीम दा नाम की? आपां दी टीम दा नाम है शेख 11 वर्सेस कोबरा 11। कोबरा 11 दी अज दबागन कर देना, कोबरा दे थां ओ छड़ देना की अज दा। तुहानूं पूरी शॉट दी विखावांगे, शेख दी बारी जरूर। ओए जी आलूओं का क्या काम है क्रिकेट ग्राउंड में, ये आलू आलू पहले दे वाइड दे दी है मरे। ਤੁਹਾਡੇ ਵੀਰ ਨੇ ਹੱਥੋਂ ਜ਼ਿਆਦਾ ਰਨਸ ਮਾਰਿਆ, ਅੱਕ ਕੇ ਮੈਂ ਡਿਕਲੇਅਰ ਹੋ ਗਿਆ, ਮੈਂ ਕਿਹਾ ਨਹੀਂ ਯਾਰ ਦੂਜਿਆਂ ਦੀ ਵੀ ਵਾਰੀ ਆਉਣ ਦਿਓ, ਕਹਿੰਦੇ ਨੇ ਸ਼ੇਖ ਸਾਹਿਬ ਜਾਣ ਦਿਓ ਸਾਡੀ ਵੀ ਵਾਰੀ ਆਉਣ ਦਿਓ, ਅਤੇ ਮੈਂ ਕਿਹਾ ਠੀਕ ਹੈ ਯਾਰ ਬੱਚੇ ਖੇਡਣ ਆਏ ਨੇ ਇਹਨਾਂ ਨੂੰ ਵੀ ਵਾਰ ਦਿਓ, ਅਤੇ ਆਪਾਂ ਤਾਂ ਵਧੀਆ ਟੀਮ ਨੂੰ ਚੰਗਾ ਭਲਾ ਰਨਸ ਦੇ ਕੇ ਬਹਿ ਗਏ, ਹੁਣ ਰਿਲੈਕਸ ਕਰਾਂਗੇ। ਉਹ ਆ ਸਿੱਖ ਵਾਈਟਾਂ ਨੇ ਵਾਈਟਾਂ ਕਰਾਈ ਜਾ ਰਹੀ ਹੈ। ਬਾਬਰ ਸ਼ੇਰ ਜਿੱਤ ਗਿਆ ਮੈਚ, ਆ ਥੈਂਕ ਯੂ ਕਰੋ ਮੇਰਾ ਵੇ। ਓਏ ਅਬਰ ਮੈਂ ਕਰਾ ਕੇ ਥੱਕ ਗਿਆ, ਪਸੀਨਾ ਬੰਨਾ ਆ ਕੇ ਥੱਕ ਗਿਆ। 31 ਰਨਸ ਮੈਂ ਜੋੜਿਆ ਤੁਹਾਡੀ ਟੀਮ ਨੂੰ, ਕਿਉਂ ਕੌਣ ਆ ਰਿਹਾ? ਓਏ ਤੂੰ ਕਹਿ ਨੋਕਰ ਜੇ ਤੇਰੋ ਤੇ ਜੂਤੇ ਰੋ ਬਾਹਰ ਆ ਗਿਆ। ਐ ਬੱਬਰ ਸ਼ੇਰ, ਬੱਬਰ ਸ਼ੇਰ ਸ਼ੇਖ 11, ਸ਼ੇਖ 11 ਦੇ ਪਾੜ ਕੇ ਰੱਖਦਾ ਹੈ। ਇਹ ਕੋਬਰਾ 11 ਚ ਅੰਦਰ ਬਾਹਰ ਕਰਦੇ ਹੋ, ਕੋਬਰਾ 11 ਦੇ ਆਪਾਂ ਨਿਉਲਾ ਛੱਡਦਾ ਹੈ, ਕੋਬਰਾ 11 ਦੇ ਮੂੰਹ ਵੇਖੋ। ਓਏ हाँ जी उछल के कंगारू बॉलर जी। अरे यार अभी ना सेटल नहीं होया, मेरा दो चार मैच आ रहे हैं फिर जज्बा अंदर। तुहानू ले के पता कौन डुबे है? ओ गुमड़ा बॉलर, ओ गुमड़ा, ओ गुमड़े है, देखो हाथी का बच्चा। ते एदे नाल ही साडा ब्लॉग हुंदा एंड, हसदे रहो, वाजदे रहो, सिरां तेल चासदे रहो, वी वांट अजाद।